ਸਿੱਖਸ ਐਵਰੀਵੇਅਰ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਜੀ ਪੰਜਾਬ ਦੀ ਪ੍ਰਸਿੱਧ ਖੇਡ ਗੱਤਕੇ ਬਾਰੇ ਜੋ ਕਿ ਅੱਜ ਕੱਲ੍ਹ ਸਿੱਖ ਮਾਰਸ਼ਲ ਆਰਟ ਦੇ ਨਾਂ ਨਾਲ ਮਸ਼ਹੂਰ ਹੈ ਜੀ ਇਸ ਲਈ ਅਸੀਂ ਅੱਜ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਪ੍ਰਸਿੱਧ ਕੋਚ ਸਰਦਾਰ ਰਜਿੰਦਰ ਸਿੰਘ ਜੀ ਗੁਰਦਾਸਪੁਰ ਜੀ ਦੇ ਅਖਾੜੇ ਵਿੱਚ ਆਓ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਵੀਰ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਤੁਹਾਡੇ ਕੋਲੋਂ ਗੱਤਕੇ ਬਾਰੇ ਕੁਝ ਜਾਣਨਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਗੱਤਕੇ ਦੀ ਸ਼ੁਰੂਆਤ ਤੁਸੀਂ ਕਿਸ ਤਰ੍ਹਾਂ ਕੀਤੀ ਅਤੇ ਕਿੰਨੀ ਉਮਰ ਵਿੱਚ ਤੁਸੀਂ ਗੱਤਕਾ ਸਿੱਖਣਾ ਸ਼ੁਰੂ ਕੀਤਾ ਉਦੋਂ ਲਗਭਗ ਮੈਂ 8ਵੀਂ ਕਲਾਸ 'ਚ ਪੜ੍ਹਦਾ ਸੀਗਾ ਮੈਨੂੰ ਚੇਤਾ ਵੀ ਉਦੋਂ ਸਾਡੇ ਮੁਹੱਲੇ ਵਿੱਚ ਇੱਕ ਗੱਤਕੇ ਦਾ ਅਖਾੜਾ ਚੱਲਦਾ ਸੀਗਾ ਜਦੋਂ ਬੱਚੇ ਉਹ ਖੇਡਦੇ ਸੀਗੇ ਸ਼ਸਤਰ ਵਿੱਦਿਆ ਦੀ ਲੈ ਰਹੇ ਸੀ ਸਿਖਲਾਈ ਅਤੇ ਮੇਰੇ ਮਨ 'ਚ ਵੀ ਚਾਅ ਪੈਦਾ ਹੋਇਆ ਵੀ ਮੈਂ ਵੀ ਸ਼ਸਤਰ ਵਿੱਦਿਆ ਗੱਤਕਾ ਜ਼ਰੂਰ ਸਿੱਖਾਂ ਅਤੇ ਉਹ ਤੋਂ ਸ਼ੁਰੂਆਤ ਕੀ ਲਗਭਗ 8ਵੀਂ ਕਲਾਸ ਦੀ ਸ਼ੁਰੂਆਤ ਹੈ ਫਿਰ ਤਾਂ ਤੁਹਾਨੂੰ ਕਾਫੀ ਸਮਾਂ ਹੋ ਗਿਆ ਹੋਵੇਗਾ ਲਗਭਗ 30-31 ਸਾਲ ਹੋ ਗਿਆ ਮੈਨੂੰ ਇਸ ਖੇਤਰ ਦੇ ਵਿੱਚ ਬਹੁਤ ਵਧੀਆ ਅਤੇ ਹੁਣ ਤੱਕ ਤੁਸੀਂ ਤਕਰੀਬਨ ਕਿੰਨੇ ਕੁ ਬੱਚਿਆਂ ਨੂੰ ਗੱਤਕਾ ਸਿਖਾ ਚੁੱਕੇ ਹੋ ਜੀ ਵੱਖ ਵੱਖ ਅਖਾੜਿਆਂ ਵਿੱਚ ਹੁਣ ਤਾਂ ਸੈਂਕੜੇ ਬੱਚੇ ਆ ਜਿਹੜੇ ਹੁਣ ਤੋਂ ਟ੍ਰੇਨਿੰਗ ਲੈ ਚੁੱਕੇ ਨੇ ਸਿੱਖਿਆ ਲੈ ਚੁੱਕੇ ਨੇ ਸ਼ਸਤਰ ਵਿੱਦਿਆ ਦੀ ਵੀ ਹੁਣ ਗਿਣਤੀ ਵੀ ਕਰਨੀ ਮੁਸ਼ਕਲ ਆ ਵੀ ਕਿੰਨੇ ਕੁ ਬੱਚੇ ਅਲੱਗ ਸਿੱਖ ਚੁੱਕੇ ਨੇ ਦੇਖੀ ਅੱਜ ਵੀ ਹੁਣੇ ਪਿੱਛੇ ਤੁਹਾਡੇ ਅਖਾੜੇ ਵਿੱਚ ਬੱਚੇ ਕਰ ਰਹੇ ਨੇ ਰਜਿੰਦਰ ਸਿੰਘ ਜੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਗੱਤਕਾ ਸਿੱਖਣ ਵੇਲੇ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਰੱਖਦੇ ਹਾਂ ਗੱਤਕਾ ਸਿੱਖਣ ਵੇਲੇ ਵੀ ਪਹਿਲਾਂ ਜਿਹੜੇ ਬੱਚੇ ਸਿੱਖਣ ਵਾਸਤੇ ਆਉਂਦੇ ਆ ਉਹਨਾਂ ਦਾ ਅਨੁਸ਼ਾਸਨ ਵਿੱਚ ਹੋਣਾ ਬਹੁਤ ਜ਼ਰੂਰੀ ਆ ਜੀ ਜੇ ਬੱਚਾ ਅਨੁਸ਼ਾਸਨ ਵਿੱਚ ਨਹੀਂ ਹੈਗਾ ਤਾਂ ਉਹ ਠੀਕ ਢੰਗ ਨਾਲ ਸਿਖਲਾਈ ਨਹੀਂ ਲੈ ਸਕਦਾ ਬਾਕੀ ਜੋ ਅਖਾੜੇ ਦੇ ਨਿਯਮ ਹੁੰਦੇ ਨੇ ਵੀ ਜਗ੍ਹਾ ਪੱਧਰੀ ਹੋਵੇ ਅਤੇ ਕੋਈ ਵੱਟੇ ਰੋਡੇ ਨਾ ਹੋਣ ਬੱਚੇ ਠੀਕ ਢੰਗ ਨਾਲ ਉੱਥੇ ਆਪਣਾ ਪਿੰਤਰਾ ਕਰ ਸਕਣ ਬਸ ਮੇਨ ਗੱਲ ਇਹੀ ਹੋਣੀ ਸਿਖਲਾਈ ਦੇ ਵਿੱਚ ਠੀਕ ਹੈ ਜੀ ਵਿਧੀ ਕਿੰਨੀ ਕੁ ਉਮਰ ਦੇ ਬੱਚੇ ਜਿਹੜੇ ਛੋਟੀ ਤੋਂ ਛੋਟੀ ਉਮਰ ਦੇ ਕਿੰਨੇ ਕੁ ਸਾਲ ਦੇ ਬੱਚੇ ਆ ਜਿਹੜੇ ਤੁਹਾਡੇ ਕੋਲ ਸਿੱਖਦੇ ਆ ਲਗਭਗ 5 ਕੁ ਸਾਲ ਤੋਂ ਅਬਾਊ ਬੱਚੇ ਜਿਹੜੇ ਆਸਾਨੀ ਨਾਲ ਪਿਕਅਪ ਕਰ ਲੈਂਦੇ ਨੇ ਉਹਦਾ ਜਿਹੜੇ ਠੀਕ ਬੱਚੇ ਨੇ ਜਿਹੜੇ ਐਕਟਿਵ ਬੱਚੇ ਨੇ ਉਹਦੇ ਛੋਟੇ ਬੱਚੇ ਵੀ ਠੀਕ ਢੰਗ ਨਾਲ ਸਿੱਖ ਲੈਂਦੇ ਨੇ ਵੀਰ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਗੱਤਕੇ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਅਤੇ ਇਸ ਦੇ ਇਤਿਹਾਸ ਬਾਰੇ ਤੁਸੀਂ ਸਾਨੂੰ ਕੁਝ ਦੱਸਣਾ ਚਾਹੋ ਤਾਂ ਬੜੀ ਵਧੀਆ ਗੱਲ ਹੋਵੇਗੀ ਗੱਤਕੇ ਦੀ ਗੱਲ ਆ ਉੱਦਾਂ ਮੈਂ ਜਾਂ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਆ ਵੀ ਜਿਹੜਾ ਗੱਤਕਾ ਵਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ੁਰੂਆਤ ਹੋਈ ਗੱਤਕੇ ਦੀ ਸ਼ਸਤਰ ਵਿੱਦਿਆ ਦੇ ਸਿੱਖਣ ਵਿੱਚ ਬਹੁਤੀ ਪ੍ਰਚਲਿਤ ਹੋਈ ਆ ਪਰ ਜੇ ਪਿਛਲੇ ਇਤਿਹਾਸਕ ਤੱਥਾਂ ਦੇ ਪਰਚੋਲ ਕਰੀਏ ਨਾ ਵੀ ਜੇ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਲੈ ਲਈਏ ਗੁਰੂ ਨਾਨਕ ਸਾਹਿਬ ਵੇਲੇ ਵੀ ਜਾਂ ਭਾਈ ਗੁਰਦਾਸ ਜੀ ਦੀ ਪੰਕਤੀ ਆ ਨਾ ਸੋਟਾ ਹੱਥ ਕਿਤਾਬ ਕਸ਼ ਵੀ ਉਦੋਂ ਵੀ ਗੁਰੂ ਨਾਨਕ ਸਾਹਿਬ ਆਪਣਾ ਸੋਟਾ ਜਾਂ ਬਰਸ਼ਾ ਜ਼ਰੂਰ ਨਾਲ ਰੱਖਦੇ ਸੀਗੇ ਵੀ ਅਸਾਮ ਦੇ ਵਿੱਚ ਅੱਜ ਵੀ ਗੁਰਦੁਆਰਾ ਸੁਸ਼ੋਭਿਤ ਆ ਗੁਰਦੁਆਰਾ ਬਰਸ਼ਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਉੱਥੇ ਅੱਜ ਵੀ ਬਰਸ਼ਾ ਉੱਥੇ ਸੁਸ਼ੋਭਿਤ ਹੈਗਾ ਅਤੇ ਉੱਦਾਂ ਜੇ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰੀਏ ਨਾ ਵੀ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੀ ਸਿਖਲਾਈ ਦੇਣ ਦੀ ਸਿੱਖਿਆ ਦੇਣ ਦੀ ਜਿਹੜੀ ਡਿਊਟੀ ਆ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀ ਲਈ ਵੀ ਸ਼ਸਤਰ ਵਿੱਦਿਆ ਸਾਰੀ ਇਹਦਾ ਮਤਲਬ ਪਹਿਲਾਂ ਬਾਬਾ ਬੁੱਢਾ ਜੀ ਨੂੰ ਵੀ ਸ਼ਸਤਰ ਵਿੱਦਿਆ ਆਉਂਦੀ ਹੋਈ ਕਿ ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈ ਵੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਤੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਸ਼ਸਤਰ ਵਿੱਦਿਆ ਹੈ ਗੱਤਕਾ ਸ਼ਸਤਰ ਵਿੱਦਿਆ ਵੀਰ ਜੀ ਸੱਚ ਇੱਕ ਤੁਹਾਡੇ ਕੋਲ ਸਵਾਲ ਮੈਂ ਹੋਰ ਪੁੱਛਣਾ ਚਾਹਾਂ ਕਿ ਗੱਤਕਾ ਅਤੇ ਸ਼ਸਤਰ ਵਿੱਦਿਆ ਦੋਵੇਂ ਅਲੱਗ ਚੀਜ਼ਾਂ ਹਨ ਬਿਲਕੁਲ ਅਲੱਗ ਚੀਜ਼ਾਂ ਨੇ ਜਾਂ ਗੱਤਕਾ ਤਾਂ ਇੱਕ ਸੋਟੀ ਦਾ ਨਾਂ ਹੈ ਸੋਟੀ ਦਾ ਨਾਂ ਹੈ ਗੱਤਕਾ ਅਤੇ ਜਿਹੜੇ ਸ਼ਸਤਰ ਵਿੱਦਿਆ ਉਹ ਸਾਰੇ ਸ਼ਸਤਰਾਂ ਦੀ ਸਿਖਲਾਈ ਅਤੇ ਕਿਰਪਾਨ ਵੀ ਆ ਜਾਂਦੀ ਆ ਸੋਟੇ ਵੀ ਆ ਜਾਂਦੇ ਨੇ ਫਿਰ ਚੱਕਰ ਘੁਮਾਉਣਾ ਜਾਂ ਫਿਰ ਉਹ ਕੰਡਿਆਲਾ ਘੁਮਾਉਣਾ ਸਾਰੇ ਉਹ ਸ਼ਸਤਰ ਵਿੱਦਿਆ ਵਿੱਚ ਆ ਜਾਂਦੇ ਨੇ ਠੀਕ ਹੈ ਅਸੀਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗੇ ਕਿ ਜਿਹੜਾ ਗੱਤਕਾ ਸੋਟੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਜੇ ਤੁਸੀਂ ਸਾਨੂੰ ਵਿਖਾ ਸਕਦੇ ਹੋ ਬਿਲਕੁਲ ਬਿਲਕੁਲ ਆ ਬੱਚੇ ਪਿੱਛੇ ਖੇਡ ਰਹੇ ਨੇ ਹਾਂਜੀ ਇਹ ਗੱਤਕਾ ਸੋਟੀ ਨਾਲ ਖੇਡ ਰਹੇ ਨੇ ਉਹ ਬੱਚਾ ਗੱਤਕਾ ਉਹ ਬੱਚੇ ਕੋਲ ਗੱਤਕਾ ਵਾ ਗੱਤਕਾ ਸੋਟੀ ਹੈਗੀ ਆ ਸੋਟੀ ਹੁੰਦੀ ਹੈ ਜੀ ਇਹਨੂੰ ਗੱਤਕਾ ਕਹਿੰਦੇ ਆਪਾਂ ਬਾਕੀ ਸਾਰੇ ਸ਼ਸਤਰ ਹੁੰਦੇ ਬਾਕੀ ਇਹ ਅਸੀਂ ਆਪਣੇ ਸਰੋਤਿਆਂ ਨੂੰ ਦਿਖਾਵਾਂਗੇ ਕਿ ਇਸ ਜਿਹੜੀ ਸ਼ਸਤਰ ਨੂੰ ਜਿਹੜਾ ਉਹ ਗੱਤਕਾ ਕਿਹਾ ਜਾਂਦਾ ਹੈ ਇਹ ਇਸ ਤਰ੍ਹਾਂ ਦੀ ਇੱਕ ਸੋਟੀ ਹੈ ਉਸਦੇ ਨਾਲ ਦੋ ਜਿਹੜੇ ਆ ਉਹਨੂੰ ਜਿਹੜੇ ਗੁਟਕੇ ਲਗਾਏ ਹੁੰਦੇ ਆ ਫਿਰ ਉਸਦਾ ਇੱਕ ਕਵਰ ਜਿਹੜਾ ਲੱਗਾ ਹੁੰਦਾ ਇਸ ਨੂੰ ਜਿਹੜਾ ਉਹ ਗੱਤਕਾ ਸੋਟੀ ਕਿਹਾ ਜਾਂਦਾ ਹੈ ਵੀਰ ਜੀ ਅਸੀਂ ਹੋਰ ਇਸ ਦੇ ਬਾਰੇ ਕੁਝ ਹੋਰ ਸ਼ਸਤਰਾਂ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਸ਼ਸਤਰਾਂ ਨੂੰ ਹੋਰ ਨਾਵਾਂ ਦਾ ਕਿਸ ਤਰ੍ਹਾਂ ਤੁਸੀਂ ਕਿਹੜੇ ਕਿਹੜੇ ਸ਼ਸਤਰ ਇਸ ਟਾਈਮ ਬੱਚੇ ਖੇਡਦੇ ਆ ਸ਼ਸਤਰ ਇਸ ਵੇਲੇ ਤਾਂ ਕਿਰਪਾਨ ਢਾਲ ਕਿਰਪਾਨ ਚੱਲਦੀ ਆ ਜਾਂ ਫਿਰ ਨੇਜੇਬਾਜ਼ੀ ਵੀ ਚੱਲਦੀ ਆ ਅਤੇ ਫਿਰ ਉਹ ਇੱਕ ਕੰਡਿਆਲਾ ਘੁਮਾਉਂਦੇ ਆਪਾਂ ਉਹਨੂੰ ਉਹਦੇ ਬਣਿਆ ਨੇ ਕੰਡਿਆਲਾ ਸ਼ਾਹ ਤੁਸੀਂ ਦੇਖਿਆ ਹੋਊਗਾ
ਬਿੱਗ ਗੋਲ ਗੇਂਦ ਦੀ ਤਰ੍ਹਾਂ ਹੁੰਦਾ ਵੱਡਾ ਜਿਹਾ, ਨਾਲ ਸੂਏ ਲੱਗੇ ਹੁੰਦੇ ਆ, ਉਹ ਕੰਡਿਆਲਾ ਵੀ ਚੱਲਦਾ ਵਾ, ਫਿਰ ਚੱਕਰ ਜਿਹੜਾ ਘੁੰਮਾਉਂਦੇ ਆ ਜਿਹੜੇ ਵੀ ਉਹ ਗੁਰੂ ਸਾਹਿਬ ਨੇ ਜੰਗ ਵੇਲੇ ਤੋਂ ਤੀਰ ਅੱਗੋਂ ਸਾਹਮਣੇ ਤੀਰ ਵੱਜਦੇ ਸੀ ਅਤੇ ਉਹ ਚੱਕਰ ਘੁੰਮਾ ਕੇ ਤੀਰ ਰੋਕੇ ਜਾਂਦੇ ਸੀਗੇ, ਉਹ ਚੱਕਰ ਦੀ ਵੀ ਵਿੱਦਿਆ ਨਾਲ ਸਿਖਲਾਈ ਦਿੱਤੀ ਜਾਂਦੀ ਹੈ ਜੀ। ਵੀਰ ਜੀ, ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਗੱਤਕਾ ਖੇਡਣ ਦੇ ਸਾਨੂੰ ਕੀ ਫਾਇਦੇ ਹੋ ਸਕਦੇ ਹਨ? ਗੱਤਕਾ ਖੇਡਣ ਲੈ ਤਾਂ ਸਰੀਰਕ ਤੰਦਰੁਸਤੀ ਰਹਿੰਦੀ ਆ, ਵੀ ਬੱਚੇ ਦਾ ਸਰੀਰ ਤੰਦਰੁਸਤ ਰਹੇਗਾ, ਵੀ ਗੱਤਕਾ ਹੈ ਹੀ ਵਰਜਿਸ਼ ਵਾਲੀ ਗੇਮ ਹੈਗੀ ਆ, ਅਤੇ ਉਹਦੇ ਨਾਲ ਮਾਨਸਿਕ ਤੌਰ 'ਤੇ ਵੀ ਬੱਚਾ ਤਿਆਰ ਹੁੰਦਾ ਵਾ। ਫਿਰ ਵੀ ਇਹ ਵੀ ਅੱਜ ਕੱਲ੍ਹ ਜਿਹੜੇ ਮੋਬਾਈਲ ਦਾ ਚੱਕਰ ਚੱਲ ਗਿਆ ਵਾ, ਉਹ ਤੋਂ ਵੀ ਥੋੜ੍ਹੇ ਦੂਰ ਰਹਿੰਦੇ ਗੱਤਕਾ ਬੱਚੇ ਗੱਤਕਾ ਸਿੱਖਣ ਵਾਲੇ। ਆਹ ਤਾਂ ਬਹੁਤ ਵਧੀਆ ਗੱਲ ਹੈ ਜੀ, ਅਤੇ ਕਿਉਂਕਿ ਅੱਜ ਕੱਲ੍ਹ ਬਹੁਤੇ ਬੱਚੇ ਮੋਬਾਈਲ ਦੇ ਪਾਸੇ ਧਿਆਨ ਜਾ ਰਿਹਾ, ਹੋਰ ਗੇਮਾਂ ਵੱਲ ਧਿਆਨ ਜਾ ਰਿਹਾ, ਅਤੇ ਅਸੀਂ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਕਿ ਤੁਸੀਂ ਇਸ ਖੇਤਰ ਵਿੱਚ ਜੁੜੇ ਹੋ, ਉਸ ਸਿੱਖੀ ਵਾਲੇ ਪਾਸੇ ਤੁਸੀਂ ਜੁੜੇ ਹੋਏ ਹੋ ਕਿ ਬੱਚਿਆਂ ਨੂੰ ਬਹੁਤ ਵਧੀਆ ਸ਼ਸਤਰ ਵਿੱਦਿਆ ਦੇ ਰਹੇ ਹੋ, ਅਤੇ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ ਸਾਡੇ ਲਈ, ਸਾਡੇ ਸਾਰੇ ਸਿੱਖਾਂ ਲਈ, ਕਿ ਤੁਸੀਂ ਗੱਤਕਾ ਸਿਖਲਾਈ ਦੇ ਰਹੇ ਹੋ ਇੰਨੇ ਸਮੇਂ ਤੋਂ, ਇੰਨੀ ਵਧੀਆ ਢੰਗ ਨਾਲ ਦੇ ਰਹੇ ਹੋ। ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਹੋਰ ਕਿਹੜੇ ਕਿਹੜੇ ਲੋਕਾਂ ਤੁਹਾਡੇ ਨਾਲ ਜੁੜੇ ਨੇ ਜੋ ਇਸ ਗੱਤਕੇ ਨੂੰ ਤੁਹਾਡੇ ਨਾਲ ਅੱਗੇ ਲੈ ਕੇ ਜਾ ਰਹੇ ਨੇ? ਅੱਜ ਕੱਲ੍ਹ ਤਾਂ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਸ਼ਸਤਰ ਵਿੱਦਿਆ ਨੂੰ ਪ੍ਰਮੋਟ ਕਰਦੀਆਂ ਨੇ, ਜਾਂ ਗੱਤਕਾ ਫੈਡਰੇਸ਼ਨ ਆਫ ਇੰਡੀਆ, ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਫੈਡਰੇਸ਼ਨਾਂ ਹੈਗੀਆਂ ਨੇ ਵੀ ਜਿਹੜੀਆਂ ਗੱਤਕੇ ਨੂੰ ਇੱਕ ਇੰਟਰਨੈਸ਼ਨਲ ਪੱਧਰ 'ਤੇ ਇਹਨੂੰ ਪ੍ਰਮੋਟ ਕਰਦੀਆਂ ਨੇ। ਇਹ ਵੀਰ ਜੀ, ਜਿਹੜੇ ਬੱਚੇ ਤੁਹਾਡੇ ਕੋਲ ਤਿਆਰ ਹੋ ਜਾਂਦੇ ਆ, ਤੁਸੀਂ ਇਹਨਾਂ ਨੂੰ ਅੱਗੇ ਮੁਕਾਬਲੇ ਵਿੱਚ ਵੀ ਲੈ ਕੇ ਜਾਂਦੇ ਹੋ ਕਿਤੇ? ਹਾਂਜੀ ਬਿਲਕੁਲ, ਮੁਕਾਬਲੇ 'ਚ ਬੱਚੇ ਜਾਂਦੇ ਆ ਜੀ, ਜਿੱਥੇ ਜਿੱਥੇ ਮੁਕਾਬਲੇ ਹੁੰਦੇ ਆ ਗੱਤਕੇ ਦੇ ਜਾਂ ਕਾਲਜ ਯੂਨੀਵਰਸਿਟੀ ਲੈਵਲ ਜਿੱਥੇ ਹੁੰਦੇ ਆ, ਬੱਚੇ ਜ਼ਰੂਰ ਜਾਂਦੇ ਨੇ ਉੱਥੇ। ਇਸ ਹਿਸਾਬ ਨਾਲ ਫਿਰ ਗੱਤਕਾ ਕਾਫੀ ਵੱਡੇ ਲੈਵਲ 'ਤੇ, ਹੁਣ ਤਾਂ ਪੰਜਾਬ ਸਕੂਲ ਜਿਹੜਾ ਸਿੱਖਿਆ ਬੋਰਡ ਹੈਗਾ ਵਾ, ਉਸਨੇ ਵੀ ਇਹਨੂੰ ਇੱਕ ਗੇਮ ਦੇ ਤੌਰ 'ਤੇ ਲੈ ਲਿਆ, ਵੀ ਜੋ ਦੂਜੀ ਗੇਮਾਂ ਦੀ ਵੈਲਿਊ ਹੈਗੀ ਆ ਉਹੀ ਇਹਦੀ ਹੁਣ ਵੈਲਿਊ ਹੈਗੀ ਗੇਮ। ਠੀਕ ਆ, ਯਾਨੀ ਕਿ ਜਿਵੇਂ ਅਸੀਂ ਫੁੱਟਬਾਲ, ਹਾਕੀ, ਕੋਈ ਹੋਰ ਗੇਮ ਖੇਡਦੇ ਹਾਂ, ਬਿਲਕੁਲ ਉਸ ਤਰ੍ਹਾਂ ਇਹਦੀ ਵੈਲਿਊ ਵੀ ਹੋਣੀ, ਉਸੇ ਤਰ੍ਹਾਂ ਗੱਤਕੇ ਦੀ ਵੈਲਿਊ ਆ। ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰੇ ਦਰਸ਼ਕਾਂ ਲਈ, ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਜਿਹੜੀ ਗੱਤਕਾ ਸਿਰਫ ਸਿੱਖਾਂ ਤੱਕ ਸੀਮਤ ਸੀ, ਅੱਜ ਉਹ ਖੇਡ ਸਾਰੇ ਦੁਨੀਆ ਵਰਲਡ ਲੈਵਲ ਤੱਕ ਇਹ ਵੇਖੀ ਜਾ ਰਹੀ ਹੈ ਪਲੱਸ ਖੇਡੀ ਜਾ ਰਹੀ ਹੈ। ਹਾਂਜੀ ਭਾਈ ਰਜਿੰਦਰ ਸਿੰਘ ਜੀ, ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਗੱਤਕੇ ਦੀ ਸ਼ੁਰੂਆਤ ਆ, ਤੁਸੀਂ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਪਹਿਲਾਂ, ਸਭ ਤੋਂ ਪਹਿਲਾਂ ਕੀ ਸਿਖਾਉਂਦੇ ਹੋ ਤੁਸੀਂ? ਜਦੋਂ ਬੱਚਾ ਅਖਾੜੇ ਵਿੱਚ ਆਉਂਦਾ ਨਾ, ਉਹਦੀ ਸ਼ੁਰੂਆਤ ਅਸੀਂ ਪੈਂਥਰ ਤੋਂ ਕਰਾਉਂਦੇ ਹਾਂ। ਮੈਂ ਚਾਹਾਂਗਾ ਕਿ ਆਪਣੇ ਸਰੋਤਿਆਂ ਨੂੰ ਅਸੀਂ ਦੱਸ ਸਕੀਏ ਕਿ ਕਿਸ ਤਰ੍ਹਾਂ ਉਹ ਜਿਹੜਾ ਵਾ ਬੱਚੇ ਸ਼ੁਰੂਆਤ ਕਰਦੇ, ਜਿਸ ਤਰ੍ਹਾਂ ਤੁਹਾਡੇ ਪਿੱਛੇ ਬੱਚੇ ਕਰ ਰਹੇ ਨੇ। ਹਾਂਜੀ, ਇਹ ਸ਼ੁਰੂਆਤ ਗੱਤਕੇ ਦੀ ਇਸ ਤਰ੍ਹਾਂ ਹੁੰਦੀ ਹੈ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਸੋਹਣਾ ਲੱਗ ਰਿਹਾ। ਹਾਂਜੀ ਵੀਰ ਜੀ, ਅਸੀਂ ਇਸ ਤੋਂ ਇਲਾਵਾ ਤੁਸੀਂ ਹੋਰ ਇਸ ਤੋਂ ਬਾਅਦ ਜਿਹੜਾ ਹੋਰ ਵੀ ਕੋਈ ਇਸ ਤਰ੍ਹਾਂ ਦਾ ਪੈਂਤੜਾ ਹੁੰਦਾ ਜਿਹੜਾ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ? ਬਿਲਕੁਲ, ਇਸ ਤੋਂ ਬਾਅਦ ਮੋਰਨੀ ਪੈਂਤੜਾ ਜਿਹੜਾ ਹੁੰਦਾ ਵਾ, ਜਾਂ ਸ਼ਸਤਰਾਂ ਨੂੰ ਸਲਾਮੀ ਦੇਣਾ, ਉਹ ਸਾਰੀ ਕਰਵਾਉਂਦੇ ਹਾਂ ਬੱਚਿਆਂ ਨੂੰ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਹ ਦਰਸ਼ਕਾਂ ਨੂੰ ਉਹ ਵੀ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਦਾ ਹੁੰਦਾ। ਜ਼ਰੂਰ ਜੀ, ਜ਼ਰੂਰ, ਆਹ ਵੇਖੋ ਤੁਹਾਡੇ। ਬਹੁਤ ਵਧੀਆ ਜੀ, ਬਹੁਤ ਵਧੀਆ। ਵੀਰ ਜੀ, ਅਸੀਂ ਚਾਹਾਂਗੇ ਕਿ ਸ਼ਸਤਰਾਂ ਨੂੰ, ਤੁਸੀਂ ਸਲਾਮੀ ਦੀ ਗੱਲ ਕੀਤੀ ਆ ਕਿ ਸਲਾਮੀ ਵੀ ਸ਼ਸਤਰਾਂ ਨੂੰ ਦਿੱਤੀ ਜਾਂਦੀ ਆ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਬੱਚੇ ਆ ਇਸ ਟਾਈਮ ਜਿਹੜਾ ਸ਼ਸਤਰਾਂ ਨੂੰ, ਜਿਹੜੀ ਵੀਰ ਜੀ ਨੇ ਗੱਲ ਕੀਤੀ ਸਲਾਮੀ ਦੀ, ਇਹ ਬੱਚੇ ਇਸ ਵੇਲੇ ਸ਼ਸਤਰਾਂ ਨੂੰ ਸਲਾਮੀ ਦੇ ਰਹੇ ਆ। ਅਸੀਂ ਵੀਰ ਜੀ ਬਹੁਤ ਬਹੁਤ ਆਪ ਜੀ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਜਿਹੜੇ ਆ ਬਹੁਤ ਸੋਹਣਾ ਗੱਤਕਾ ਖੇਡ ਰਹੇ ਨੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੁਸੀਂ ਆਪਣੇ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਹੋਈ ਹੈ। ਧੰਨਵਾਦ ਜੀ, ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਆਏ ਹੋ ਅਖਾੜੇ ਵਿੱਚ ਸ਼ਸਤਰ ਵਿੱਦਿਆ ਬਾਰੇ ਜਾਣਨ ਦੇ ਹੈਗੇ ਹੋ ਤੁਸੀਂ। ਵੀਰ ਜੀ, ਮੈਂ ਇੱਕ ਹੋਰ ਚਾਹੁੰਦਾ ਕਿ ਤੁਸੀਂ ਥੋੜ੍ਹਾ ਜਿਹਾ ਬੱਚਿਆਂ ਦੇ ਨਾਲ ਜਿਹੜਾ ਸਾਨੂੰ ਖਡਵਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਬੱਚੇ ਖੇਡਦੇ ਆ ਉਹ ਇੱਕ ਵਾਰੀ ਦਿਖਾ ਦਿਓ ਸਾਡੇ ਸਰੋਤਿਆਂ ਨੂੰ, ਜਿਹੜਾ ਵੇਖਿਆ ਜਾ ਸਕੇ। ਆਹ ਦੇਖੋ ਜੀ, ਪਿੱਛੇ ਤੁਹਾਡੇ ਬੱਚੇ ਹਾਂਜੀ ਚੱਲ ਰਿਹਾ ਜੀ। ਦੇਖੋ ਇਹ ਬੱਚੇ ਗੱਤਕਾ ਖੇਡਦੇ ਕਿੱਡੇ ਸੋਹਣੇ ਲੱਗ ਰਹੇ ਹਨ, ਕਿਸ ਤਰ੍ਹਾਂ ਉਹ ਜਾਹੋ ਜਲਾਲ ਦੇ ਵਿੱਚ ਲੱਗੇ ਹੋਏ ਨੇ।
ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਗੱਤਕਾ ਸਿੱਖਣਾ ਸਾਡੇ ਲਈ ਕਿਉਂ ਜ਼ਰੂਰੀ ਹੈ? ਜਿਹੜਾ ਸ਼ਸਤਰ ਵਿੱਦਿਆ ਹੈਗੀ ਆ ਵੀ ਇੱਕ ਤਾਂ ਸੈਲਫ ਡਿਫੈਂਸ ਵਾਸਤੇ, ਆਪਣੀ ਰੱਖਿਆ ਵਾਸਤੇ ਆ, ਦੋ ਨੰਬਰ 'ਤੇ ਵੀ ਇਹ ਕਿਸੇ ਮਜ਼ਲੂਮ ਦੀ ਰੱਖਿਆ ਵਾਸਤੇ ਵੀ ਹੈਗੀ ਆ, ਜਿਹੜੀ ਆਪਣੀ ਰੱਖਿਆ ਵਾਸਤੇ ਨਹੀਂ ਵੀ ਜੋ ਕਿਸੇ ਨਾ ਕਿਸੇ ਕੋਈ ਧੱਕਾ ਹੋ ਰਿਹਾ ਕਿਤੇ, ਵੀ ਸਿੱਖ ਨੂੰ ਹੁਕਮ ਆ ਉੱਥੇ ਉਹ ਜ਼ਾਲਮ ਨੂੰ ਸੋਧਾ ਲਾਵੇ ਅਤੇ ਜਿਹੜਾ ਮਜ਼ਲੂਮ ਉਹਦੀ ਰੱਖਿਆ ਕਰੇ, ਇਸ ਵਾਸਤੇ ਸ਼ਸਤਰ ਵਿੱਦਿਆ ਬਹੁਤ ਜ਼ਰੂਰੀ ਹੈ। ਬਹੁਤ ਵਧੀਆ ਜੀ, ਵੀਰ ਜੀ ਨੇ ਬਹੁਤ ਹੀ ਵਧੀਆ ਦੱਸਿਆ ਕਿ ਸ਼ਸਤਰ ਵਿੱਦਿਆ ਆਪਣੇ ਆਪ ਨੂੰ ਬਚਾਉਣ ਲਈ ਆ, ਨਾ ਕਿ ਕਿਸੇ ਨੂੰ ਮਾਰਨ ਲਈ। ਕਿਸੇ ਮਜ਼ਲੂਮ 'ਤੇ ਜਦੋਂ ਜ਼ੁਲਮ ਹੋ ਰਿਹਾ ਹੋਵੇ ਤਾਂ ਜੇਕਰ ਸਾਨੂੰ ਗੱਤਕਾ ਆਉਂਦਾ ਹੋਵੇ ਤਾਂ ਅਸੀਂ ਉਸਦੀ ਰੱਖਿਆ ਕਰ ਸਕਦੇ ਹਾਂ, ਜੇਕਰ ਸਾਨੂੰ ਗੱਤਕਾ ਨਹੀਂ ਆਉਂਦਾ ਹੋਵੇ ਤਾਂ ਅਸੀਂ ਉਹਦੀ ਰੱਖਿਆ ਵੀ ਨਹੀਂ ਕਰ ਸਕਦੇ। ਤੋ ਨਾਲ ਹੀ ਵੀਰ ਜੀ ਤੁਹਾਡੇ ਕੋਲ ਮੈਂ ਇੱਕ ਹੋਰ ਸਵਾਲ ਜੋ ਮੇਰੇ ਮਨ 'ਚ ਆ ਰਿਹਾ ਜੀ, ਖਿਆਲ ਕਿ ਜੇ ਅੱਜ ਕੱਲ੍ਹ ਲੜਕੀਆਂ ਹੈ ਉਹ ਗੱਤਕਾ ਸਿੱਖ ਸਕਦੀਆਂ ਨੇ? ਬਿਲਕੁਲ ਸਿੱਖ ਰਹੀਆਂ ਨੇ, ਲੇਕਿਨ ਲੜਕੀਆਂ ਨੂੰ ਗੱਤਕਾ ਸਿੱਖਣਾ ਜ਼ਰੂਰੀ ਵੀ ਬਹੁਤ ਜ਼ਿਆਦਾ ਵਾ, ਵੀ ਜੋ ਮਾਹੌਲ ਆ ਲੜਕੀਆਂ ਆਪਣੀਆਂ ਸੈਲਫ ਡਿਫੈਂਸ ਕਰ ਸਕਦੀਆਂ ਨੇ ਬਿਲਕੁਲ ਵਧੀਆ ਢੰਗ ਨਾਲ ਆਪਣੀ ਆਤਮ ਰੱਖਿਆ ਵਾਸਤੇ, ਲੜਕੀਆਂ ਨੂੰ ਸਿੱਖਣਾ ਬਹੁਤ ਜ਼ਰੂਰੀ ਆ। ਤੁਸੀਂ ਲੜਕੀਆਂ ਨੂੰ ਵੀ ਗੱਤਕੇ ਦੀ ਸਿਖਲਾਈ ਦਿੰਦੇ ਹੋ? ਬਿਲਕੁਲ ਚੱਲ ਰਹੀ, ਉਹਨਾਂ ਦੀ ਸਿਖਲਾਈ ਵੀ ਚੱਲ ਰਹੀ, ਲੜਕੀਆਂ ਦਾ ਅਖਾੜਾ ਵੱਖਰਾ ਲੱਗਦਾ ਉਹ ਵੀ ਚੱਲ ਰਹੀ ਹੈ। ਠੀਕ ਹੈ ਜੀ, ਬਹੁਤ ਵਧੀਆ। ਅਤੇ ਜਿਵੇਂ ਤੁਹਾਡੇ ਮੁੰਡਿਆਂ ਦੇ ਇੱਥੇ ਪ੍ਰੋਗਰਾਮ ਹੁੰਦੇ ਨੇ, ਲੜਕਿਆਂ ਦੇ ਪ੍ਰੋਗਰਾਮ ਹੁੰਦੇ ਨੇ, ਕੰਪੀਟੀਸ਼ਨ ਹੁੰਦੇ ਨੇ, ਮੁਕਾਬਲੇ ਹੁੰਦੇ ਨੇ, ਕੁੜੀਆਂ ਦੇ ਮੁਕਾਬਲੇ ਇਸੇ ਤਰ੍ਹਾਂ ਹੀ ਹੁੰਦੇ ਆ? ਹਾਂਜੀ ਹਾਂਜੀ, ਕੁੜੀਆਂ ਦੇ ਮੁਕਾਬਲੇ ਵੀ ਹੁੰਦੇ ਆ ਜੀ, ਵੱਖਰੇ ਬਕਾਇਦਾ ਵੱਖਰੇ, ਉਹਨਾਂ ਦੇ ਨਿਯਮ ਨੇ, ਸਾਰੇ ਮੁਕਾਬਲੇ ਵੱਖਰੇ ਹੁੰਦੇ ਆ। ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ, ਜਿਸ ਤਰ੍ਹਾਂ ਅੱਜ ਅਜੋਕੇ ਸਮੇਂ ਵਿੱਚ, ਅੱਜ ਦੇ ਸਮੇਂ ਵਿੱਚ ਲੜਕੇ ਸਿਖਲਾਈ ਦੇ ਰਹੇ ਨੇ ਗੱਤਕੇ ਦੀ, ਅਤੇ ਨਾਲ ਲੜਕੀਆਂ ਸਾਡੀਆਂ ਸ਼ੇਰਨੀਆਂ ਉਹ ਵੀ ਗੱਤਕੇ ਦੀ ਸਿਖਲਾਈ ਦੇ ਰਹੀਆਂ ਨੇ, ਤਾਂ ਇਹ ਤਾਂ ਸਾਡੇ ਸਮਾਜ ਲਈ, ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ, ਅਤੇ ਸਿੱਖ ਪੰਥ ਲਈ ਇਹ ਬਹੁਤ ਵਧੀਆ ਗੱਲ ਹੈ ਕਿ ਗੱਤਕਾ ਸਾਡਾ ਇੰਨਾ ਫੈਲ ਰਿਹਾ ਜੀ ਦੁਨੀਆਂ ਵਿੱਚ, ਸਾਰੇ ਵਰਲਡ ਲੈਵਲ 'ਤੇ ਗੱਤਕਾ ਫੈਲ ਰਿਹਾ ਹੈ। ਅਤੇ ਵੀਰ ਜੀ, ਹੁਣ ਤੁਸੀਂ ਸਾਨੂੰ ਅੰਤ 'ਤੇ ਅਸੀਂ ਤੁਹਾਡੇ ਕੋਲ ਪੁੱਛਣਾ ਚਾਹਾਂਗੇ, ਤੁਸੀਂ ਸਾਨੂੰ, ਸਾਡੇ ਸਰੋਤਿਆਂ ਨੂੰ, ਸਾਨੂੰ ਸਾਰਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਇਹੀ ਹੈ ਵੀ ਵੱਧ ਤੋਂ ਵੱਧ ਅਸੀਂ ਸ਼ਸਤਰ ਵਿੱਦਿਆ ਸਿੱਖੀਏ, ਔਰ ਜੋ ਗੁਰੂ ਸਾਹਿਬ ਦਾ ਹੁਕਮ ਵੀ ਆ ਸਾਨੂੰ ਸ਼ਸਤਰ ਵਿੱਦਿਆ ਸਿੱਖਣਾ, ਸਿਖਾਉਣੀ ਜਾਂ ਸਿੱਖਣਾ, ਵੀ ਗੁਰੂ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਆ ਵੀ ਸਾਨੂੰ ਸ਼ਸਤਰ ਵਿੱਦਿਆ ਜ਼ਰੂਰ ਸਿੱਖਣੀ ਚਾਹੀਦੀ, ਹਰੇਕ ਸਿੱਖ ਨੂੰ ਲਾਜ਼ਮੀ ਆ ਸਿੱਖ ਦੇ ਸਿੱਖਣ ਵਾਸਤੇ। ਅਤੇ ਬਾਕੀ ਜਿਹੜੇ ਨੌਜਵਾਨ ਅੱਜ ਕੱਲ੍ਹ ਜਿਹੜੇ ਕੁਰਾਹੇ ਪੈ ਚੁੱਕੇ ਨੇ, ਉਹਨਾਂ ਨੂੰ ਵੀ ਇੱਕ ਸਿੱਖੀ ਵਿੱਚ ਵਾਪਸ ਲਿਆਉਣ ਦਾ ਵਧੀਆ ਢੰਗ ਵਾ, ਵੀ ਉਹ ਸ਼ਸਤਰ ਵਿੱਦਿਆ ਸਿੱਖਣੀ ਸ਼ੁਰੂ ਕਰ ਦੇਣ ਅਤੇ ਇੱਕ ਦਿਨ ਜ਼ਰੂਰ ਸਿੱਖੀ ਦੇ ਵਿੱਚ ਵਾਪਸ ਆਉਣਗੇ। ਅਤੇ ਜੋ ਅੱਜ ਕੱਲ੍ਹ ਪ੍ਰਚਲਿਤ ਹੋ ਰਿਹਾ ਮੋਬਾਈਲ ਦੇ ਉੱਤੇ ਜ਼ਿਆਦਾ ਟਾਈਮ ਪਾਸ ਹੋ ਰਿਹਾ ਵਾ, ਉਸ ਨੂੰ ਵੀ ਘੱਟ ਕਰਨ ਵਾਸਤੇ, ਉਹਨੂੰ ਠੱਲ ਪਾਉਣ ਵਾਸਤੇ ਸ਼ਸਤਰ ਵਿੱਦਿਆ ਸਿੱਖਣੀ ਬਹੁਤ ਜ਼ਰੂਰੀ ਆ। ਮੈਂ ਆਪਣੇ ਸਾਰੇ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਬਹੁਤਾ ਸਮਾਂ ਨਹੀਂ ਕੱਢੀਏ, ਵੀ ਘੱਟੋ ਘੱਟ ਜੇ ਰੋਜ਼ ਨਹੀਂ ਕਰ ਸਕਦੇ ਹਫ਼ਤੇ 'ਚ ਅਸੀਂ ਦੋ ਦਿਨ ਜਾਂ ਤਿੰਨ ਦਿਨ ਜ਼ਰੂਰ ਕੱਢੀਏ ਸ਼ਸਤਰ ਵਿੱਦਿਆ ਬਾਰੇ, ਵੀ ਜਿਹੜਾ ਗੁਰੂ ਸਾਹਿਬ ਦਾ ਹੁਕਮ ਆ ਉਹਨੂੰ ਜ਼ਰੂਰ ਅਸੀਂ ਹੁਕਮ ਵਜਾਈਏ ਆਪਣਾ ਗੁਰੂ ਸਾਹਿਬ ਦਾ, ਅਤੇ ਆਪਣਾ ਜੋ ਸਮਾਜ ਆ ਉਹਨੂੰ ਚੰਗੀ ਸੇਧ ਦੇ ਸਕੀਏ। ਬਹੁਤ ਵਧੀਆ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਤੁਸੀਂ ਸਾਨੂੰ ਜੋ ਗੱਲਾਂ ਦੱਸੀਆਂ, ਅਸੀਂ ਸਾਰੇ ਸਾਡੇ ਸਿੱਖ ਐਵਰੀਵੇਅਰ ਯੂਟਿਊਬ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ, ਸਾਨੂੰ ਤੁਹਾਡੇ ਨਾਲ ਤੁਹਾਡੀਆਂ ਇਹ ਗੱਲਾਂ ਸੁਣੀਆਂ, ਅਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਇਹ ਸੰਦੇਸ਼ ਸਾਰੇ ਵਰਲਡ ਤੱਕ ਪਹੁੰਚੇਗਾ ਜੀ, ਅਤੇ ਸਾਰੇ ਸਿੱਖ ਜਾਂ ਸਿੱਖ ਜਿਹੜੇ ਨਹੀਂ ਹੈਗੇ ਉਹ ਵੀ ਇਸ ਚੀਜ਼ ਨੂੰ ਦੇਖਣ ਅਤੇ ਸਿੱਖੀ ਨੂੰ ਅਪਣਾਉਣ, ਜਿਹੜੇ ਸਿੱਖ ਸਿੱਖੀ ਤੋਂ ਟੁੱਟ ਚੁੱਕੇ ਨੇ ਉਹ ਵੀ ਸਿੱਖੀ ਨੂੰ ਅਪਣਾਉਣ ਅਤੇ ਗੱਤਕੇ ਨੂੰ ਸਿੱਖਣ, ਤਾਂ ਜੋ ਸਾਡਾ ਗੱਤਕਾ ਵੱਡੇ ਲੈਵਲ 'ਤੇ ਅੱਗੇ ਜਾ ਸਕੇ। ਆਪ ਦਾ ਬਹੁਤ ਬਹੁਤ ਜੀ ਸਾਨੂੰ। ਸਾਡੇ ਨਾਲ ਪੰਜਾਬ ਦੇ ਪ੍ਰਸਿੱਧ ਗੱਤਕਾ ਕੋਚ ਸਰਦਾਰ ਰਜਿੰਦਰ ਸਿੰਘ ਜੀ ਗੁਰਦਾਸਪੁਰ, ਜਿਨ੍ਹਾਂ ਦਾ ਤੁਸੀਂ ਵੇਖਿਆ ਅਖਾੜੇ ਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਨੂੰ ਸ਼ਸਤਰ ਵਿੱਦਿਆ ਦਿੰਦੇ ਨੇ ਅਤੇ ਕਿਸ ਤਰ੍ਹਾਂ ਉਹਨਾਂ ਦੇ ਬੱਚੇ ਜਿਹੜੇ ਗੱਤਕਾ ਖੇਡ ਰਹੇ ਨੇ, ਔਰ ਇਸੇ ਤਰ੍ਹਾਂ ਅੱਗੇ ਤੋਂ ਅਸੀਂ ਹੋਰ ਗੇਮਾਂ, ਹੋਰ ਨਵੇਂ ਤੋਂ ਨਵੇਂ ਐਪੀਸੋਡ ਲੈ ਕੇ ਆਪ ਜੀ ਲਈ ਹਾਜ਼ਰ ਹੋਵਾਂਗੇ। ਸਿੱਖ ਐਵਰੀਵੇਅਰ ਯੂਟਿਊਬ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਦਾ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ।